nutrition, i think a lot of people these days are talking about key medicines, you know, scientific-based studies, because scientists are working day in, day out to bring the new product in the line for our healthcare. and on the other side, we talk about key ਹਸਾਨੂੰ ਨੇਚਰਲੀ ਹੀਲ ਹੋਣਾ ਚਾਹੀਦਾ which in some point it's true it's fact but ਤੁਹਾਡੀ رائے ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਇਫੈਕਟਿਵ ਹੈ ਸਭ ਤੋਂ ਪਹਿਲਾਂ ਤਾਂ ਕੋਈ ਵੀ ਹੈਗਾ ਉਹਨਾਂ ਦੀ ਕਰੰਟ ਸਿਚੁਏਸ਼ਨ ਕੀ ਹੈਗੀ ਹੈ ਉਹਨਾਂ ਦੀ ਹੈਲਥ ਕਿੰਨੀ ਕੁ ਖਰਾਬ ਹੈਗੀ ਹੈ ਕਿੰਨੀ ਕੁ ਨਹੀਂ ਹੈਗੀ ਹੁਣ ਸਾਰਿਆਂ ਦਾ ਅਲੱਗ-ਅਲੱਗ ਪੈਰਾਮੀਟਰਸ ਹੈ ਫੋਰ ਇਗਜ਼ਾਮਪਲ ਡਾਇਬੀਟਿਸ ਹੈ ਬੀਪੀ ਹੈ ਕੋਈ ਵੀ ਹੈਲਥ ਇਸ਼ੂ ਹੈ ਉਹ ਕਿੰਨੀ ਕੁ ਦੀ ਕੰਡੀਸ਼ਨ ਖਰਾਬ ਹੈ ਜਾਂ ਕਿੰਨੀ ਕੁ ਠੀਕ ਹੈ ਕਈ ਵਾਰੀ ਕੀ ਹੁੰਦਾ ਕਿ ਕੰਡੀਸ਼ਨ ਬਹੁਤ ਖਰਾਬ ਹੈ ਦੈਨ ਵੀ ਨੀਡ ਟੂ ਐਂਟਰਟੇਨ ਮੈਡੀਸਨ ਫॉर ਸਮ ਪੀਰੀਅਡ ਆਫ ਟਾਈਮ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਟੈਪਰ ਆਫ ਹੋ ਸਕਦੀ ਹੈ ਹੁਣ ਜੇ ਤੁਹਾਡੀ ਕੋਈ ਵੀ ਰੇਂਜ ਹੈ ਬਲੱਡ ਸ਼ੂਗਰ ਰੇਂਜ ਹੈ ਜਾਂ ਕੋਲੇਸਟ੍ਰੋਲ ਜਾਂ ਟ੍ਰਾਈਗਲਿਸਰਾਈਡਸ ਦੀ ਰੇਂਜ ਹੈ ਉਹ ਕਿੰਨੀ ਕੁ ਰੇਂਜ ਹੈ ਦੈਟਸ ਦੀ ਮੋਸਟ ਇੰਪੋਰਟੈਂਟ ਪੈਰਾਮੀਟਰ ਬਟ ਕੀ ਇਹ ਜਿਹੜੀਆਂ ਮੈਡੀਸਨ ਹੈ ਉਹਨਾਂ ਨਾਲ ਤੁਸੀਂ ਟੈਂਪਰੇਰੀ ਜਿਹੜੇ ਸਿੰਪਟਮਸ ਹੈ ਉਹਨਾਂ ਨੂੰ ਕ્યોਰ ਕਰ ਸਕਦੇ ਹੋ ਬਰ ਜੇ ਤੁਸੀਂ ਰੂਟ ਕੌਜ਼ ਦੇਖਣਾ ਹੈ ਰੂਟ ਕੌਜ਼ ਤੋਂ ਕਿਸੇ ਚੀਜ਼ ਨੂੰ ਐਲੀਮੀਨੇਟ ਕਰਨਾ ਹੈ ਦੈਨ ਫੂਡ ਇਜ਼ ਦੀ ਓਨਲੀ ਆਪਸ਼ਨ ਤੇ ਉਹ ਰੂਟ ਕੌਜ਼ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਸਾਨੂੰ ਰੂਟ ਕੌਜ਼ ਦੀ ਇਸ਼ੂ ਇਸ ਤਰ੍ਹਾਂ ਇੱਥੋਂ ਆਈ ਹੈ ਹਾਂ ਫਸਟ ਆਫ ਆਲ ਕੋਲੇਸਟ੍ਰੋਲ ਆ ਜਾਂ ਟ੍ਰਾਈਗਲਿਸਰਾਈਡਸ ਕੋਈ ਵੀ ਹੈਲਥ ਇਸ਼ੂ ਹੈ ਰੂਟ ਕੌਜ਼ ਹੁੰਦਾ ਆਪਣਾ ਫੂਡ ਤੋਂ ਸ਼ੁਰੂ ਤੁਹਾਡੀਆਂ ਫੂਡ ਹੈਬਿਟਸ ਜੇ ਪਹਿਲਾਂ ਖਰਾਬ ਸੀਗੀਆਂ ਦਾ ਉਹ ਠੀਕ ਹੋਣਗੀਆਂ ਕੋਈ ਵੀ ਹੈਲਥ ਇਸ਼ੂ ਹੈ ਲੀਵਰ ਰਿਲੇਟਡ ਹੈ ਜਾਂ ਕੋਈ ਵੀ ਆर्गन ਹੈਲਥ ਹੈ ਉਹਦੇ ਜਦੋਂ ਇੰਪਰੂਵਮੈਂਟ ਆਪਾਂ ਕਰਦੇ ਆ ਤਾਂ ਇਸ਼ੂਸ ਆਪਣੇ ਆਪ ਸੌਲਟ ਆਊਟ ਹੋਣੇ ਸ਼ੁਰੂ ਹੋ ਜੰਨੇ ਆ ਫॉर एग्जांपल ਡਾਇਬੀਟੀਜ਼ ਹੈ ਡਾਇਬੀਟੀਜ਼ ਵਾਲਿਆਂ ਨੂੰ ਪੈਨਕਰੀਅਸ ਤੇ ਕੰਮ ਕਰਨਾ ਚਾਹੀਦਾ ਪੈਨਕਰੀਅਸ ਤੇ ਕੰਮ ਕਰਨਾ ਪੈਂਦਾ ਇਨਸੂਲਿਨ ਰੈਜ਼ਿਸਟੈਂਸ ਤੇ ਕੰਮ ਕਰਨਾ ਪੈਂਦਾ ਹੁਣ ਕਿਸੇ ਦਾ ਲੀਵਰ ਦਾ ਇਸ਼ੂ ਹੈ ਫੈਟੀ ਲੀਵਰ ਹੈ ਮੈਡੀਸਨ ਨਾਲ ਤੁਸੀਂ ਟੈਂਪਰੇਰੀ ਉਹਨੂੰ ਕਿਉਰ ਕਰ ਲੂਗੇ ਬਟ ਐਟ ਲਾਸ ਤੁਹਾਨੂੰ ਲੀਵਰ ਦੀ ਸਟਰੈਂਥਨਿੰਗ ਕਰਨੀ ਪੈਣੀ ਹੈ ਹੁਣ ਜਿੱਦਾਂ ਲੀਵਰ ਵਾਸਤੇ ਫੂਡ ਗਰੁੱਪ ਡਿਫਰੈਂਟ ਹੁੰਦਾ ਹੈ ਪੈਨਕ੍ਰੀਆਸ ਵਾਸਤੇ ਡਿਫਰੈਂਟ ਹੈ ਕਿਡਨੀਜ਼ ਵਾਸਤੇ ਡਿਫਰੈਂਟ ਆ ਉਹ ਡਿਪੈਂਡ ਕਰਦਾ ਤੁਹਾਡੀ ਪ੍ਰੋਬਲਮ ਕੀ ਹੈ ਤਾਂ ਉਹ ਫਿਰ ਆਪਾਂ ਜਿਹੜਾ ਆਰਗਨ ਐਸੋਸੀਏਟਿਡ ਹੁੰਦਾ ਆਰਗਨ ਹੈਲਥ ਇੰਪਰੂਵ ਕਰਾਂਗੇ ਤਾਂ ਆਬਵੀਅਸਲੀ ਇਸ਼ੂਸ ਘੱਟ ਹੋਣੇ ਸ਼ੁਰੂ ਹੋ ਜਾਣਗੇ ਮਾਂ ਕੀ ਜੇ ਪਹਿਲਾਂ ਹੀ ਤੁਸੀਂ ਆਪਣੇ ਡਾਈਟ ਸਹੀ ਰੱਖੀਏ ਤਾਂ ਮੂਵਿੰਗ ਫੋਰਵਰਡ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ ਹਾਂ ਜੀ ਮਤਲਬ ఎవਰੀਥਿੰਗ ਸਟਾਰਟਸ ਵਿਦ ਵਾਟਐਵਰ ਯੂ ਈਟ ਐਂਡ ਵਟਐਵਰ ਯੂ ਡਰਿੰਕ ਚੋਇਸਸ ਆਪਣੀਆਂ ਵਧੀਆ ਹੋਣੀਆਂ ਚਾਹੀਦੀਆਂ ਹੂੰ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਤੁਸੀਂ ਕੀ ਨੋਟਿਸ ਕੀਤਾ ਕਿ ਸਾਨੂੰ ਕੀ ਕਿਹਾ ਜਾ ਰਿਹਾ ਹੈ ਇਨ ਦਾ ਸੈਂਸ ਆਫ ਕੀ ਖਾਣਾ ਚਾਹੀਦਾ ਹੈ ਸਾਡਾ ਲਾਈਫ ਸਟਾਈਲ ਕਿੱਦਾਂ ਹੋਣਾ ਚਾਹੀਦਾ ਬਟ ਜਦੋਂ ਤੁਸੀਂ ਇਸ ਫੀਲਡ ਵਿੱਚ ਆਏ ਟੋਟਲੀ ਡਿਫਰੈਂਟ ਪਰਸਪੈਕਟਿਵ ਤੁਹਾਨੂੰ ਇੱਕ ਦੇਖਣ ਨੂੰ ਮਿਲਿਆ ਨਹੀਂ ਜਦੋਂ ਮੈਂ ਇਹ ਫੀਲਡ ਵਿੱਚ ਨਹੀਂ ਸੀਗਾ ਉਦੋਂ ਪਰਸਪੈਕਟਿਵ ਡਿਫਰੈਂਟ ਸੀਗਾ ਵੈਨ ਆਈ ਕੇਮ ਇਨਟੂ ਦਿਸ ਫੀਲਡ ਟੋਟਲ ਕਲੈਰਿਟੀ ਕੇਮ ਟੂ ਮਾਈ ਮਾਈਂਡ ਕਿੱਥੇ ਕਿਹੜੀਆਂ ਚੀਜ਼ਾਂ ਗਲਤ ਹੈ ਕਿਹੜੀਆਂ ਚੀਜ਼ਾਂ ਠੀਕ ਹੈ ਹੁਣ ਜੇ ਮੈਨੂੰ ਨਹੀਂ ਨੋਲੇਜ ਸੀਗੀ ਮੈਂ ਸਾਰਿਆਂ ਦੀ ਜਿੰਨੇ ਵੀ ਮਿੱਥ ਸੀਗੇ ਕਿਸੇ ਨੇ ਕੁਝ ਵੀ ਕਹਿਣਾ ਉਹ ਮੰਨ ਲੈਣਾ ਬਟ ਵਾਂਸ ਆਈ ਸਟਾਰਟਡ ਲਰਨਿੰਗ ਆਈ ਸਟਾਰਟਡ ਵਰਕਿੰਗ ਔਨ ਦਿਸ ਥਿੰਗ ਪਤਾ ਲੱਗਿਆ ਜੇ ਆਪਾਂ ਹੁਣ ਜਿੰਨਾ ਕ ਆਪਾਂ ਆਪਣੇ ਟਰੈਡੀਸ਼ਨਲ ਫੂਡ ਨਾਲ ਜੁੜੇ ਰਹਾਂਗੇ ਉਹਨੀ ਆਪਣੀ ਹੈਲਥ ਵਧੀਆ ਰਹੂਗੀ ਹੁਣ ਇੰਡੀਅਨਸ ਨੂੰ ਇੰਡੀਆ ਦੇ ਟਾਈਪ ਦਾ ਖਾਣਾ ਸੂਟ ਕਰਦਾ ਪੰਜਾਬੀ ਨੂੰ ਪੰਜਾਬੀ ਟਾਈਪ ਸੇਮ ਕੋਸ ਸਾਊਥ ਇੰਡੀਅਨ ਦੀ ਉਹਨਾਂ ਨੂੰ ਉਦਾਂ ਦਾ ਫੂਡ ਸੂਟ ਕਰਦਾ ਹੈ ਹਨਾ ਸੇਮ ਕੋਸ ਫॉर वेस्टर्न ਫੂਡ वेस्टर्न ਫੂਡ ਹੈ ਉਹ ਆਪਣੇ ਵਾਸਤੇ ਕਿਸੇ ਹੱਦ ਤੱਕ ਬਣਿਆ ਤੁਸੀਂ ਟੋਟਲੀ ਉਹਨੂੰ ਫੋਲੋ ਕਰੋਗੇ ਤਾਂ ਇਸ਼ੂਜ਼ ਆਉਣਗੇ ਸੋ ਹਮੇਸ਼ਾ ਅਸੀਂ ਕਲਚਰ ਨੂੰ ਇੰਪੋਰਟੈਂਸ ਦਿੰਨੀ ਹੈ ਆਪਣੀ ਕਲਚਰਲ ਜਾਂ ਲੋਕਲ ਜਾਂ ਸੀਜ਼ਨਲ ਫੂਡ ਹੋ ਗਿਆ ਉਹਦਾ ਬੈਨੀਫਿਟ ਆਪਾਂ ਨੂੰ ਸਭ ਤੋਂ ਜ਼ਿਆਦਾ ਮਿਲਦਾ ਸੋ ਤੁਸੀਂ ਹੁਣ ਇਹ ਚੀਜ਼ ਬੋਲੀ ਹੈ ਕਿ ਕਲਚਰ ਦੇ ਹਿਸਾਬ ਨਾਲ ਤੁਹਾਨੂੰ ਫੂਡ ਦੇ ਨਾਲ ਅਡਾਪਟ ਕਰਨਾ ਚਾਹੀਦਾ ਹੈ ਹਾਂਜੀ ਔਰ ਹਾਊ ਇਜ਼ ਦੈਟ ਰਿਲੇਟਡ ਆ ਲੈਟ ਮੀ ਟੈਲ ਯੂ ਵਨ ਥਿੰਗ ਹੁਣ ਤੁਸੀਂ ਇੰਡੀਆ 'ਚ ਹੈਗੇ ਹੋ ਠੀਕ ਹੈ ਇੰਡੀਆ ਇਜ਼ ਡਿਵਾਈਡਿਡ ਇਨਟੂ ਡਿਫਰੈਂਟ ਜ਼ੋਨਸ ਡਿਫਰੈਂਟ ਕਲਾਈਮੇਟਸ ਹਰੇਕ ਜਗ੍ਹਾ ਦਾ ਜਿਹੜਾ ਫੂਡ ਹੈ ਨਾ ਉਹ ਨੇਚਰ ਨੇ ਆਪਣੇ ਹਿਸਾਬ ਨਾਲ ਬਣਾਇਆ ਹੋਇਆ ਹੈ ਹੁਣ ਤੁਸੀਂ ਦੇਖੋ ਗਰਮੀਆਂ ਵਿੱਚ ਉਦਾਂ ਦੇ ਫੂਡ ਆਪਾਂ ਨੂੰ ਸੀਜ਼ਨ ਚ ਆਉਂਦੇ ਆ ਜਿਹੜਾ ਆਪਣਾ ਬਾਡੀ ਟੈਂਪਰੇਚਰ ਠੰਡਾ ਰੱਖੇ ਬਾਡੀ ਟੈਂਪਰੇਚਰ ਨੂੰ ਮੈਂਟੇਨ ਰੱਖੇ ਔਨ ਵਿੰਟਰਸ ਜਦੋਂ ਆਉਣ ਗਿਆ ਤਾਂ ਉਦਾਂ ਦੇ ਫੂਡ ਜ਼ਿਆਦਾ ਹੋਣਗੇ ਜਿਹੜੇ ਆਪਣੀ ਬਾਡੀ ਨੂੰ ਵਾਰਮ ਰੱਖਦੇ ਆ ਸੇਮ ਗੋਸ ਫੋਰ ਕਲਾਈਮੇਟ ਹੁਣ ਜਿੱਦਾਂ ਤੁਸੀਂ ਕੈਨੇਡਾ ਚਲਾ ਲਓ ਜਾਂ ਯੂ ਐਸ ਏ ਚਲਾ ਲਓ ਉੱਥੇ ਵਿంటర్ ਫੂਡਸ ਡਿਫਰੈਂਟ ਹੁੰਦੇ ਆ ਯੂ ਕੈਨ ਨਾਟ ਹੈਵ ਸਮਰ ਫੂਡਸ ਇਨ ਵਿంటర్ ਰਾਈਟ ਬਾਡੀ ਦਾ ਤੁਹਾਡਾ ਜਿਹੜਾ ਸਾਰਾ ਸਿਸਟਮ ਬਣਿਆ ਹੋਇਆ ਇੰਟਰਨਲ ਸਿਸਟਮ ਬਣਿਆ ਹੋਇਆ ਉਹ ਸੀਜ਼ਨ ਦੇ ਹਿਸਾਬ ਨਾਲ ਜਾਂ ਕਲਾਈਮੇਟ ਦੇ ਹਿਸਾਬ ਨਾਲ ਹੁੰਦਾ ਜਿੱਦਾਂ ਦਾ ਬਾਹਰਲਾ ਕਲਾਈਮੇਟ ਆ ਉਦਾਂ ਦਾ ਫੂਡ ਹੋਊਗਾ ਜਿੱਦਾਂ ਦੇ ਤੁਸੀਂ ਏਰੀਆ 'ਚ ਹੈਗੇ ਹੋ ਉਦਾਂ ਦਾ ਫੂਡ ਹੋਊਗਾ ਹੁਣ ਫਾਰ ਇਗਜ਼ਾਮਪਲ ਸਾਗ ਲਾ ਲਓ ਸਾਗ ਦਾ ਨਿਊਟ੍ਰੀਸ਼ਨ ਜਿੰਨਾ ਵੀ ਹੁੰਦਾ ਜੇ ਉਹ ਫਰੈਸ਼ ਹੋਵੇ ਟਾਈਮ ਲੰਘਦਾ ਜਿੰਨੇ ਹੀ ਉਹਦੀ ਟਾਈਮ ਲੰਘਦਾ ਜਾਂਦਾ ਹੈ ਤਾਂ ਨਿਊਟ੍ਰੀਸ਼ਨ ਵੈਲਿਊ ਘਟ ਹੁੰਦੀ ਜਾਂਦੀ ਹੈ ਹੁਣ ਉਹੀ ਜਦੋਂ ਸਾਗ ਤੁਸੀਂ ਕੈਨੇਡਾ ਚ ਲੈ ਕੇ ਜਾਓ ਉੱਥੇ ਖਾਓ ਤਾਂ ਉਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਘਟ ਜਾਂਦੀ ਹੈ ਜਿੰਨਾ ਤੁਸੀਂ ਫਰੈਸ਼ ਖਾਣੇ ਹੋ ਉਹਨਾਂ ਉਹਨਾਂ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਹੈ ਓਰ ਵਟ ਵਿਲ ਯੂ ਪ੍ਰਿਫਰ ਔਰ ਵਟ ਵਿਲ ਵਟ ਵਿਲ ਯੂ ਗਾਈਡ ਫਾਰ ਪੰਜਾਬੀਜ਼ ਔਰ ਇੰਡੀਅਨਸ ਲਿਵਿੰਗ ਇਨ ਅਬ੍ਰੋਡ ਵਾਟ ਟਾਈਪ ਆਫ ਡਾਈਟ ਦੇ ਸ਼ੁੱਡ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਵੀ ਹੈਵ ਆਵਰ ਕਲਾਇੰਟਸ ਵਰਲਡ ਵਾਈਡ ਅਸੀਂ ਹਮੇਸ਼ਾ ਜਿਹੜੇ ਰੀਜਨ ਚ ਕੋਈ ਕਲਾਇੰਟ ਹੈਗਾ ਉਹਦੇ ਹਿਸਾਬ ਨਾਲ ਡਾਈਟ ਕਸਟਮਾਈਜ਼ ਕਰਦੇ ਆ ਠੀਕ ਹੈ ਯੂ ਐਸ ਏ ਜਾਂ ਕੈਨੇਡਾ ਲਾ ਲਓ ਤੁਸੀਂ ਹੁਣ ਤੁਸੀਂ ਆਪਣੀ ਕੰਟਰੀ ਚ ਲਾ ਲਓ ਤੁਹਾਨੂੰ ਪਨੀਰ ਦੀ ਕੁਆਲਿਟੀ ਕਿੰਨੀ ਕੁ ਵਧੀਆ ਮਿਲਦੀ ਹੈ when it comes to india you you will get the best quality of paneer so je uh, apni punjabi community utthe uh, ਫੋਰ ਇਗਜ਼ਾਮਪਲ ਕੈਨੇਡਾ ਚ ਹੈਗੇ ਆ ਯੂ ਐਸ ਚ ਹੈਗੇ ਤਾਂ ਉਹਨਾਂ ਦਾ ਫੂਡ ਵੀ ਉਹਨਾਂ ਨੂੰ ਉੱਥੋਂ ਦੇ ਹਿਸਾਬ ਨਾਲ ਖਾਣ ਕੇ ਤਾਂ ਉਹਨਾਂ ਵਾਸਤੇ ਵਧੀਆ ਰਹੂਗਾ ਤੇ ਇੱਕ ਹੋਰ ਮਿੱਥ ਚੱਲ ਰਹੀ ਹੈ ਬਹੁਤ ਜ਼ਿਆਦਾ ਅੱਜਕੱਲ ਕਿ ਵੀਗਨਿਜ਼ਮ ਵੈਜੀਟੇਰੀਅਨ ਡਾਈਟ ਤੁਹਾਡਾ ਕੀ ਰਾਏ ਹੈ ਕਿ ਸਾਨੂੰ ਵੈਜੀਟੇਰੀਅਨ ਡਾਈਟ ਖਾਣੀ ਚਾਹੀਦੀ ਹੈ ਕਿ ਨਾਨ ਵੈਜ ਡਾਈਟ ਖਾਣੀ ਚਾਹੀਦੀ ਹੈ uh it depends protein tam mostly sanu non from mil jaega right right if you are like building muscles dennna ka apnu protein chaijda oh vegetarian diet to bhi mil janda non vegetarian diet to bhi milda it depends thonu thodi body nu suit kinna karda hun ho sakda hai mainu jehda protein suit karda mainu high protein nahi suit karda even though ਮੈਂ ਇੰਟੈਂਸ ਵਰਕਆਊਟ ਕਰਦਾ ਹੈ ਮੇਰੀ ਟ੍ਰੇਨਿੰਗ ਬਹੁਤ 2 ਤੋਂ 2 ਘੰਟੇ ਦੀ 1.5 ਤੋਂ 2 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ ਬਟ ਜੇ ਮੈਂ ਹਾਈ ਪ੍ਰੋਟੀਨ ਡਾਈਟ ਤੇ ਜਾਂਦਾ ਮੇਰਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਮੈਂ ਮੇਰਾ ਸਟਮਕ ਠੀਕ ਨਹੀਂ ਰਹਿੰਦਾ ਮੈਂ ਬੈਟਰ ਨਹੀਂ ਫੀਲ ਕਰਦਾ ਮੈਨੂੰ 1.1 ਗ੍ਰਾਮ ਪਰ ਕੇਜੀ ਤੋਂ 1.3 ਗ੍ਰਾਮ ਪਰ ਕੇਜੀ ਸੂਟ ਕਰਦਾ ਸੋ ਇਟ ਇਜ਼ ਨਾਟ ਕਿ ਸਾਰਿਆਂ ਨੂੰ ਹਰੇਕ ਚੀਜ਼ ਸੂਟ ਕਰਦੀ ਹੈ ਹੋ ਸਕਦਾ ਕਿਸੇ ਨੂੰ ਜ਼ਿਆਦਾ ਔਰ ਹਾਈ ਪ੍ਰੋਟੀਨ ਡਾਈਟ ਜੇ ਤੁਸੀਂ ਬਹੁਤ ਲੰਬੇ ਟਾਈਮ ਤੱਕ ਲੈਂਦੇ ਰਹੋ ਤਾਂ ਉਹ ਹੈਲਥ ਤੇ 네ਗੇਟਿਵ ਇਫੈਕਟ ਵੀ ਪਾਉਂਦੀ ਹਮੇਸ਼ਾ ਆਪਣੀ ਡਾਈਟਸ ਆਪਣੀ ਐਕਟੀਵਿਟੀ ਦੇ ਹਿਸਾਬ ਨਾਲ ਜਾਂ ਆਪਣੀ ਬੋਡੀ ਕਿਦਾਂ ਰਿਸਪੌਂਡ ਕਰ ਰਹੀ ਹੈ ਉਸ ਹਿਸਾਬ ਨਾਲ ਪ੍ਰੋਟੀਨ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਇੱਕ ਸਟੈਂਡਰਡ ਬਣ ਗਿਆ ਕਿ ਸਾਰਿਆਂ ਨੂੰ 2 ਗ੍ਰਾਮ ਪਰ ਕੇਜੀ ਚਾਹੀਦਾ ਜਾਂ 1.5 ਗ੍ਰਾਮ ਸਾਰਿਆਂ ਨੂੰ ਚਾਹੀਦੀ ਚਾਹੀਦਾ ਯੂ ਆਸਕ ਮੀ ਅਬਾਊਟ ਵੈਜੀਟੇਰੀਅਨਸ ਨਾਨ ਵੈਜੀਟੇਰੀਅਨ ਡਾਈਟ ਉਹਦੇ ਵਿੱਚ ਵੀ ਇਹੀ ਹੈ ਹੁਣ ਜਦੋਂ ਸਾਡੇ ਕੋਲੇ ਕੋਈ ਕਲਾਇੰਟ ਆਉਂਦਾ ਹੈ ਅਸੀਂ ਕਿਸੇ ਨੂੰ ਸਟੱਡੀ ਕਰਦੇ ਹਾਂ ਬਹੁਤ ਜਣਿਆਂ ਨੂੰ ਨਾਨ ਵੈਜੀਟੇਰੀਅਨ ਨਹੀਂ ਸੂਟ ਕਰਦਾ ਇਹ ਡਿਪੈਂਡ ਕਰਦਾ ਸੂਟ ਕਿਹਨੂੰ ਕੀ ਚੀਜ਼ ਕਰਦੀ ਹੈ ਉਹ ਤੁਹਾਡੇ ਡਾਈਜੈਸ਼ਨ ਨੇ ਤੁਹਾਡੇ ਡਾਈਜੈਸਟਿਵ ਸਿਸਟਮ ਨੇ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਵੈਜੀਟੇਰੀਅਨ ਸੂਟ ਕਰ ਰਿਹਾ ਬਹੁਤ ਜਣਿਆਂ ਨੂੰ ਚਿਕਨ ਖਾ ਕੇ ਬਲੂਟਿੰਗ ਹੋ ਜਾਂਦੀ ਹੈ ਬਹੁਤ ਜਗਿਆਂ ਨੂੰ ਬਹੁਤ ਜਣਿਆਂ ਨੂੰ ਪਨੀਰ ਖਾ ਕੇ ਬਲੂਟਿੰਗ ਹੋ ਜਾਂਦੀ ਹੈ ਸੋ ਇਟ ਇਜ਼ ਨਾਟ ਅਬਾਊਟ ਵੈਜੀਟੇਰੀਅਨ ਵਰਸਸ ਨਾਨ ਵੈਜੀਟੇਰੀਅਨ ਇਟ ਇਜ਼ ਅਬਾਊਟ ਵਾਟ ਸੂਟਸ ਯੂ ਦੀ ਬੈਸਟ